ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ RH ਸਟੱਡੀ ਦੇ ਵਿੱਚ ਆਪਣੇ ਕਲਾਸ ਜਿਹੜੀ ਮਾਸਟਰ ਗ੍ਰੇਡ ਪੀਐਸਟ ਤੇ ਸੀਟੈਟ ਦੇ ਸਿਲੇਬਸ ਦੇ ਨਾਲ ਚੱਲ ਰਹੀਆਂ ਸੀਗੀਆਂ ਜਿਸ ਦੇ ਵਿੱਚ ਜਿਹੜਾ ਕੱਲ ਆਪਾਂ ਨੇ ਸਟਾਰਟ ਕੀਤਾ ਸੀ ਮੌਰੀਆ ਵੰਸ਼ ਜਾਂ ਕਹਿੰਦੇ ਮੌਰੀਆ ਸਾਮਰਾਜ ਜਿਸ ਦੇ ਵਿੱਚ ਆਪਾਂ ਕੱਲ ਥੋੜੀ ਪਹਿਲਾਂ ਮੌਰੀਆ ਸਾਮਰਾਜ ਦੀ ਹਿਸਟਰੀ ਬਾਰੇ ਪੜ੍ਹਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਸੀ ਚੰਦਰਗੁਪਤ ਮੌਰੀਆ ਦੇ ਬਾਰੇ ਜਿਸ ਦੇ ਵਿੱਚ ਕਟੱਲਿਆ ਜਾਂ ਜਿਸ ਨੂੰ ਵਿਸ਼ਨੂ ਗੁਪਤੇ ਜਾਂ ਚਾਣਕਿਆ ਵੀ ਕਹਿੰਦੇ ਨੇ ਹਨਾ ਉਸ ਦੇ ਬਾਰੇ ਵੀ ਆਪਾਂ ਥੋੜਾ ਦੇਖਿਆ ਸੀਗਾ ਅੱਜ ਦਾ ਜਿਹੜਾ ਆਪਣਾ ਨੈਕਸਟ ਟਾਪਿਕ ਹੈਗਾ ਤਾਂ ਉਹੀ ਮੌਰੀਆ ਸਾਮਰਾਜ ਦੇ ਨਾਲ ਪਰ ਜਿਹੜਾ ਚੰਦਰਗੁਪਤ ਮੌਰੀਆ ਜਿਹੜਾ ਪੁੱਤਰ ਹੋਇਆ ਉਸ ਤੋਂ ਅੱਗੇ ਉਸ ਦਾ ਉਤਰਾਧਿਕਾਰੀ ਕਿਹੜਾ ਹੋਇਆ ਬਿੰਦੂਸਾਰ ਉਸ ਦੇ ਬਾਰੇ ਪੜਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਪੜਾਂਗੇ ਅਸ਼ੋਕ ਬਾਰੇ ਤੇ ਜਿਹੜੇ ਅਸ਼ੋਕ ਦੇ ਸਤੰਭ ਨੇਗੇ ਜਾਂ ਸਿੱਖਿਆਵਾਂ ਕਹੇ ਲੋ ਬੁੱਧ ਤੋਂ ਮੰਦੇ ਨਾਲ ਜਿਹੜੇ ਉਹਨੇ ਸ਼ੀਲਾ ਲੇਖ ਉਦਵਾਏ ਨੇ ਅਤੇ ਉਸ ਤੋਂ ਬਾਅਦ ਨੇ ਮੌਰੀਆ ਸਾਮਰਾਜੀ ਵਿਵਸਥਾ ਸੀਗੀ ਨਗਰੀ ਯੋਜਨਾ ਆ ਗਈ ਜੇ ਕਿਸੇ ਤਰ੍ਹਾਂ ਦੀ ਵੀ ਉਹ ਆਪਾਂ ਕੱਲ ਨੂੰ ਕਰਾਂਗੇ ਆਓ ਸਟਾਰਟ ਕਰਦੇ ਆ ਆਪਣੇ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਜਿਹੜੀ ਪਿੱਛੇ ਵੀਡੀਓ ਬਣ ਚੁੱਕੀ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਸਾਡੇ ਜੁੜ ਸਕਦੇ ਹੋ ਠੀਕ ਹੈ ਜੀ ਹੁਣ ਦੇਖੋ ਕੱਲ ਆਪਾਂ ਨੇ ਪੜਿਆ ਸੀਗਾ ਮੌਰੀਆ ਸਾਮਰਾਜ ਦੇ ਬਾਰੇ ਹੁਣ ਅੱਜ ਆਪਾਂ ਪੜ੍ਹਦੇ ਆਂ ਬਿੰਦੂਸਾਰ ਦੇ ਬਾਰੇ ਕਲਾਪਨੇ ਪੜਿਆ ਸੀ ਕਿ ਚੰਦਰਗੁਪਤ ਜਿਹੜਾ ਮੌਰੀਆ ਹੋਇਆ ਸੀਗਾ ਕੋਟੇਲਿਆ ਨਿਊਜ਼ ਨੂੰ ਤਿਆਰ ਕੀਤਾ ਸੀ ਚਾਣਕਿਆ ਨੇ ਇਹ ਵਿਸ਼ਨੂੰ ਗੁਪਤ ਨੇ ਚੰਦਰਗੁਪਤ ਤੋਂ ਬਾਅਦ ਜੇ ਚੰਦਰਗੁਪਤ ਦੀ ਮੌਤ ਹੋਈ ਹੈ ਉਸਦੇ ਪੁੱਤਰ ਬਿੰਦੂਸਾਰ ਨੇ 297 ਈਸਾ ਪੂਰਵ ਦੇ ਵਿੱਚ ਮਗਧ ਦਾ ਸਿੰਘਾਸਨ ਜਿਹੜਾ ਉਹ ਸੰਭਾਲਿਆ ਸੀਗਾ 297 ਦੇ ਵਿੱਚ ਮਗਧ ਦਾ ਜਿਹੜੇ ਸਿੰਘਾਸਨ ਸੀਗਾ ਉਸ ਨੂੰ ਸੰਭਾਲਿਆ ਸੀਗਾ ਹੁਣ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬਿੰਦੂਸਾਰ ਦੀ ਹਿਸਟਰੀ ਬਾਰੇ ਦੇਖ ਲੈਨੇ ਆ ਜਿਵੇਂ ਕਿ ਇਹਦਾ ਨਾਮ ਦਿੱਤਾ ਹੋਇਆ ਹੈ ਨਾ ਬਿੰਦੂਸਾਰ ਹਨਾ ਕੀ ਬਿੰਦੂ ਸਰ ਨਾਮ ਕਿਵੇਂ ਪਿਆ ਹੁਣ ਦੇਖੋ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਚੰਦਰਗੁਪਤ ਮੌਰੀਆ ਸੀਗਾ ਉਹ ਤਾਂ ਵਿਆਹ ਹੋਇਆ ਸੀਗਾ ਕਾਰਨੇਲੀਆ ਨਾਲ ਹਨਾ ਜਾਂ ਹੇਲੇਨਾ ਨਾਲ ਪਰ ਉਹ ਕੀ ਸੀਗੀ ਇੱਕ ਵਿਦੇਸ਼ੀ ਸੀਗੀ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਜਿਹੜਾ ਮੈਗੇਸਥੀਨ ਜ ਹੋਇਆਗਾ ਉਹਦੇ ਉਸਦੀ ਪੁੱਤਰੀ ਸੀ ਉਹ ਉਹ ਵਿਦੇਸ਼ੀ ਸੀਗੀ ਕਾਰਨੇਲੀਆ ਜਾਂ ਹੇਲੇਨਾ ਕਹਿ ਲੋ ਹੁਣ ਜਿਹੜਾ ਕੋਟਲਿਆ ਸੀਗਾ ਚਾਣਕਿਆ ਕਹਿ ਲੋ ਉਹਦੀ ਇਹ ਰਣਨੀਤੀ ਸੀਗੀ ਕਿ ਜੇਕਰ ਮੈਂ ਭਾਰਤ ਦਾ ਦੂਸਰਾ ਸ਼ਾਸਕ ਬਣਾਵਾ ਆਪਣੇ ਸਾਮਰਾਜ ਦਾ ਤਾਂ ਉਹ ਕੀ ਹੋਵੇ ਭਾਰਤ ਦਾ ਹੀ ਜਮਪਾਲ ਹੋਵੇ ਭਾਵ ਭਾਰਤ ਦਾ ਹੀ ਹੋਵੇ ਉਹ ਸਮਝੇ ਮੇਰੀ ਗੱਲ ਕੀ ਭਾਰਤ ਦੀ ਰਾਜਕੁਮਾਰੀ ਦੀ ਕੁੱਖੋਂ ਪੈਦਾ ਹੋਇਆ ਹੋਇਆ ਬੱਚਾ ਹੋਵੇ ਉਹ ਜਿਹੜਾ ਅੱਗੇ ਸ਼ਾਸਕ ਬਣੂਗਾ ਪਰ ਜਿਹੜਾ ਹੁਣ ਦੇਖੋ ਮੇਰੀ ਗੱਲ ਧਿਆਨ ਨਾਲ ਸੁਣਨਾ ਜਿਹੜਾ ਬਿੰਦੂ ਸਾਰ ਸੀ ਨਾ ਇਹ ਭਾਰਤ ਦੇ ਵਿੱਚ ਪੈਦਾ ਹੋਈ ਸੀ ਜਿਹੜੀ ਰਾਜਕੁਮਾਰੀ ਉਸ ਦਾ ਪੁੱਤਰ ਸੀਗਾ ਜਿਹੜੀ ਕਾਰਨੇਲੀਜ ਹੇਲੈਨਾ ਸੀਗੀ ਉਸਦੇ ਪੁੱਤਰ ਨੂੰ ਕੋਟਲਿਆ ਨੇ ਅਗਲਾ ਸ਼ਾਸਨਕਾਰੀ ਜਾਂ ਉਤਰਾਧਿਕਾਰੀ ਚੁਣਿਆ ਨਹੀਂ ਸੀਗਾ ਬਲਕਿ ਇਹ ਕੌਣ ਸੀਗਾ ਭਾਰਤ ਦੇ ਵਿੱਚ ਜਿਹੜੀ ਪੈਦਾ ਹੋਈ ਸਰਾਜਕਵਾਰੀ ਉਸਦਾ ਪੁੱਤਰ ਸੀ ਹੁਣ ਦੇਖੋ ਇੱਕ ਨਈ ਸਟੋਰੀ ਮੰਨੀ ਜਾਂਦੀ ਹੈ ਇਤਿਹਾਸ ਦੇ ਵਿੱਚ ਕਿ ਜਿਹੜੇ ਬਿੰਦੂਸਾਰ ਦਾ ਪਿਤਾ ਸੀ ਚਾਣਕ ਸੌਰੀ ਚੰਦਰਗੁਪਤ ਮੌਰੀਆ ਜਿਹੜੇ ਚਾਣਕਿਆ ਸੀ ਨਾ ਉਸਨੇ ਜਿਹਦੇ ਸਟਾਰਟਿੰਗ ਦੇ ਵਿੱਚ ਉਸਨੂੰ ਪਾਲਿਆ ਸੀ ਛੋਟੇ ਹੁੰਦੇ ਨੂੰ ਉਸਨੂੰ ਰਾਜੇ ਰਾਜ ਤਖਤ ਤੱਕ ਲੈ ਕੇ ਆਇਆ ਰਾਜਾ ਬਣਾਇਆ ਤਾਂ ਕਹਿੰਦੇ ਸਟਾਰਟਿੰਗ ਦੇ ਵਿੱਚ ਨਾ ਜੇ ਉਹ ਡੇਲੀ ਉਹਦੇ ਭੋਜਨ ਦੇ ਵਿੱਚ ਥੋੜੀ ਥੋੜੀ ਜ਼ਹਿਰ ਮਿਲਾਉਂਦਾ ਚੱਲ ਗਿਆ। ਧੀਮਾ ਇਹ ਕਹ ਲੋ ਬਹੁਤ ਸਲੋਲੀ ਸਲੋਲੀ ਗਤੀ ਦੇ ਨਾਲ ਜ਼ਹਿਰ ਮਿਲਾਉਂਦਾ ਚੱਲ ਗਿਆ। ਕਿਉਂ? ਉਹ ਤਾਂ ਉਸ ਨੂੰ ਮਾਰਨ ਵਾਸਤੇ ਨਹੀਂ ਮਿਲਾਇਆ ਸੀ ਬਲਕਿ ਉਸਨੇ ਤਾਂ ਮਿਲਾਇਆ ਸੀਗਾ ਕਿ ਜੇਕਰ ਅਚਾਨਕ ਭਵਿੱਖ ਦੇ ਵਿੱਚ ਰਾਜ ਭਾਗ ਦੇ ਵਾਸਤੇ ਇਸ ਨੂੰ ਕੋਈ ਮਾਰਨ ਦੀ ਚਾਲ ਬਣਾਵੇ ਜਦੋਂ ਇਸ ਨੂੰ ਇੱਕਦਮ ਜ਼ਹਿਰ ਦੇਵੇ ਤਾਂ ਇਸ ਦੀ ਮੌਤ ਨਾ ਹੋਵੇ ਬਲਕਿ ਇਹਦਾ ਸਰੀਰ ਉਹ ਜ਼ਹਿਰ ਚੱਲਣ ਦੇ ਕੀ ਹੋ ਜੇ ਯੋਗ ਬਣ ਜੇ। ਠੀਕ ਹੈ ਤਾਂ ਇਸੇ ਤਰ੍ਹਾਂ ਕਹਿੰਦੇ ਇੱਕ ਦਿਨ ਨਾ ਜਿਹੜਾ ਚੰਦਰਗੁਪਤ ਸੀ ਤੇ ਉਸਦੀ ਪਤਨੀ ਬਿੰਦੂਸਾਰ ਦੀ ਮਾਂ ਜਿਹੜੋ ਇਹ ਹੋਣ ਵਾਲਾ ਸੀਗਾ ਇਹ ਦੋਵੇਂ ਇਕੱਠੇ ਬੈਠ ਕੇ ਕੀ ਕਰ ਰਹੇ ਸੀ ਭੋਜਨ ਖਾ ਰਹੇ ਸੀ ਤਾਂ ਜਿਹੜਾ ਚੰਦਰਗੁਪਤ ਮੌਰੀਏ ਦੀ ਥਾਲੀ ਦੇ ਵਿੱਚੋਂ ਬਿੰਦੂਸਾਰ ਦੀ ਮਾਂ ਨੇ ਇੱਕ ਜੜੀ ਨਿਵਾਲਾ ਕਹਿੰਦੇ ਉਹ ਖਾ ਲਿਆ ਜਦੋਂ ਖਾ ਲਿਆ ਉਹ ਤਾਂ ਕਹਿੰਦੇ ਇਹ ਚਾਣਕ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਉਹਨੇ ਕੀ ਕੀਤਾ ਸੀ ਉਸੇ ਟਾਈਮ ਜਿਹੜੇ ਬਿੰਦੂਸਾਰ ਦੀ ਮਾਂ ਦਾ ਕੀ ਕਰਤਾ ਸੀ ਉਸਨੇ ਗਲਾ ਕੱਟਤਾ ਸੀਗਾ ਭਾਵ ਕਤਲ ਕਰਤਾ ਸੀ ਉਸ ਦਾ ਕਿਉਂ ਕਿਉਂਕਿ ਜਿਹੜਾ ਉਹ ਭੋਜਨ ਦੇ ਵਿੱਚ ਜ਼ਹਿਰ ਸੀਗਾ ਜੇਕਰ ਉਹ ਉਸ ਦੇ ਪੇਟ ਤੱਕ ਚਲੇ ਜਾਂਦਾ ਤਾਂ ਬੱਚੇ ਦੀ ਕੀ ਹੋ ਜਾਂਦੀ ਬਿੰਦੂਸਾਰ ਦੀ ਪੇਟ ਦੇ ਵਿੱਚ ਹੀ ਮੌਤ ਹੋ ਜਾਂਦੀ ਤਾਂ ਉਹ ਕੀ ਹੋ ਗਿਆ ਕਿ ਜਿਹੜਾ ਜਹਿਰ ਸੀ ਨਾ ਉਹ ਥੋੜੀ ਜੀ ਇਹਦੇ ਮੱਥੇ ਤੱਕ ਪਹੁੰਚ ਗਈ ਸੀ ਭਾਵਿਕ ਬੂੰਦਾਂ ਦੇ ਰੂਪ ਵਿੱਚ ਮੱਥੇ ਤੱਕ ਪਹੁੰਚ ਗਈ ਸੀ ਜਿਹੜੀਆਂ ਇਹ ਬੂੰਦਾਂ ਦੇ ਰੂਪ ਵਿੱਚ ਮੱਥੇ ਤੱਕ ਪਹੁੰਚ ਗਈ ਸੀ ਇਹਦੇ ਨਿਸ਼ਾਨ ਸੀ ਫੇਸ ਦੇ ਉੱਪਰ ਤਾਂ ਹੀ ਕਰਕੇ ਇਹਦਾ ਨਾਮ ਕੀ ਪਿਆ ਸੀਗਾ ਬਿੰਦੂਸਾਰ ਪਿਆ ਸੀ ਠੀਕ ਹੈ ਜੀ ਉਹਦੀ ਮਾਂ ਦੀ ਮੌਤ ਹੋ ਗਈ ਠੀਕ ਹੈ ਉਸ ਤੋਂ ਬਾਅਦ ਦੇਖੋ ਕਿਨੇ ਇਹਲੇ ਬਿੰਦੂਸਾਰ ਦਾ ਜਨਮ ਨਹੀਂ ਹੋਇਆ ਸੀ ਤਾਂ ਅਚਾਨਕ ਕਿਨੇ ਕੀ ਕੀਤਾ ਸੀਗਾ ਬਿੰਦੂਸਾਰ ਦੀ ਮਾਂ ਦਾ ਪੇਟ چیر ਕੇ ਬਿੰਦੂਸਾਰ ਨੂੰ ਪੇਟ ਦੇ ਵਿੱਚੋਂ ਕੱਢਿਆ ਜਿੰਦਾ ਨੂੰ ਕੱਢ ਕੇ ਜਿੰਨੇ ਦਿਨ ਕਹਿੰਦੇ ਬਿੰਦੂਸਾਰ ਪੂਰਾ ਲਾਇਕ ਨਹੀਂ ਹੋਇਆ ਸੀ ਦੁਨੀਆ ਦੇ ਵਿੱਚ ਆਉਣ ਦੇ ਵਾਸਤੇ ਉਹ ਹਰ ਰੋਜ਼ ਕੀ ਕਰਦਾ ਸੀ ਇਸ ਨੂੰ ਬੱਕਰੀ ਦੇ ਪੇਟ 'ਚ ਰੱਖਦਾ ਸੀ ਬੱਕਰੀ ਦਾ ਪੇਟ ਕੱਟ ਕੇ ਉਹਦੇ ਪੇਟ ਦੇ ਵਿੱਚ ਇਸ ਨੂੰ ਰੱਖਦਾ ਸੀ ਸੀ ਦਿੰਦਾ ਸੀ ਕਿ ਜਿਹੜੀ ਮਾਂ ਦੀ ਨਿੱਘ ਹੈ ਉਹ ਬੱਕਰੀ ਦੇ ਥਰੂ ਇਸ ਨੂੰ ਮਿਲਦੀ ਰਹੇ ਠੀਕ ਹੈ ਜੀ ਇਹਨਾਂ ਕਿ ਇਤਿਹਾਸ ਦੇ ਵਿੱਚ ਲਿਖਿਆ ਮਿਲਦਾਗਾ ਕਿ ਤਾਂ ਕਰਕੇ ਇਹਦਾ ਨਾਮ ਕੀ ਪਿਆ ਸੀਗਾ ਬਿੰਦੂਸਾਰ ਪਿਆ ਸੀਗਾ ਠੀਕ ਹੈ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜਾ ਚਾਣਕਏ ਸੀ ਉਸਨੂੰ ਭਾਰਤ ਕਿੰਨਾ ਪਿਆਰਾ ਸੀਗਾ ਕਿ ਉਹਨੇ ਜਿਹੜਾ ਵਿਦੇਸ਼ੀ ਬੱਚਾ ਭਾਰਤ ਦਾ ਸ਼ਾਸਕ ਨਹੀਂ ਬਣਾਇਆ ਸੀ ਕਿ ਕੱਲ ਨੂੰ ਕੀ ਹੋਊਗਾ ਵਿਦੇਸ਼ੀਆਂ ਦਾ ਹੀ ਨਾਮ ਚੱਲੂਗਾ ਭਾਰਤ ਦੇ ਵਿੱਚ ਪਰ ਉਹਨੇ ਕੀ ਕੀਤਾ ਸੀ ਬਿੰਦੂਸਾਰ ਨੂੰ ਹੀ ਭਾਰਤ ਦਾ ਕੀ ਬਣਾਇਆ ਸੀ ਸ਼ਾਸਕ ਬਣਾਇਆ ਸੀ ਅਗਲਾ ਠੀਕ ਹੈ ਜੀ ਹੁਣ ਦੇਖੋ 297 ਈਸਾ ਪੂਰਵ ਦੇ ਵਿੱਚ ਕਹਿੰਦੇ ਮਗਧ ਦਾ সিংਹਾਸਨ ਸੰਭਾਲਿਆ ਬਿੰਦੂਸਾਰ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਿੰਦੂਸਾਰ ਨੂੰ ਅਮਿਤ ਘਾਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦਾ ਅਰਥ ਕੀ ਹੈ ਦੁਸ਼ਮਣਾਂ ਦਾ ਵਿਨਾਸ਼ ਕਰਨ ਵਾਲਾ ਅਮਿਤ ਘਾਤ ਭਾਵ ਦੁਸ਼ਮਣਾਂ ਦਾ ਵਿਨਾਸ਼ ਕਰਨ ਵਾਲਾ ਬਿੰਦੂਸਾਰ ਜਿਹੜਾ ਅਜੀਪ ਅਜੀਵਕ ਸੰਪਰਦਾਦਾ ਕੀ ਸੀਗਾ ਉਹਨੂੰ ਯਾਈ ਸੀਗਾ ਅਜੀਪਕ ਅਜੀਵਕ ਜਿਹੜੀ ਹੁੰਦੀ ਹੈ ਨਾ ਇੱਕ ਮੋਕਲੀ ਪੁੱਤਰ ਗੋਸਾਈ ਸੀਗਾ ਜਿਹੜਾ ਇਹ ਸੰਪਰਦਾ ਨੂੰ ਕੀ ਕਰਦਾ ਸੀਗਾ ਚਲਾਉਂਦਾ ਸੀ ਮੋਢੀ ਸੀ ਇਸ ਦਾ ਜਿਸ ਨੇ ਸੰਪਰਦਾ ਬਣਾਈ ਸੀ ਠੀਕ ਹੈ ਜੀ ਇਸ ਦੇ ਸ਼ਾਸਨ ਕਾਲ ਦੇ ਵਿੱਚ ਕਹਿੰਦੇ ਤਰਕਸ਼ਿਲਾ ਦੇ ਵਿੱਚ ਦੋ ਵਿਦਰੋਹ ਹੋਏ ਸੀ ਜਿਨ੍ਹਾਂ ਦੇ ਵਿੱਚ ਪਹਿਲੇ ਨੂੰ ਕਿਸ ਨੇ ਦਵਾਇਆ ਸੀ ਅਸ਼ੋਕ ਨੇ ਅਤੇ ਦੂਸਰੇ ਨੂੰ ਕਿਸ ਨੇ ਦਵਾਇਆ ਸੀ ਸੁਸੀਮ ਨੇ ਸੁਸੀਮ ਅਸ਼ੋਕ ਅਤੇ ਸੁਸੀਮ ਬਿੰਦੂਸਾਰ ਦੇ ਪੁੱਤਰ ਸੀ ਹੁਣ ਦੇਖੋ ਅਸ਼ੋਕ ਦੇ 101 ਭਰਾ ਹੋਏ ਨੇ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਜਿਹੜਾ ਸੁਸੀਮ ਸੀਗਾ ਕਹਿੰਦੇ ਇਹ ਵੱਡਾ ਸੀਗਾ ਸੁਸੀਮ ਕੀ ਸੀਗਾ ਵੱਡਾ ਸੀ ਹੁਣ ਵੱਡਾ ਹੋਣ ਦੀ ਨਾਤੇ ਕੀ ਹੋ ਗਿਆ ਉਤਰਾ ਦਿਖਾਰੀ ਤੇ ਇਹੀ ਮੰਨਿਆ ਜਾਊਗਾ ਪਰ ਕੀ ਸੀਗਾ ਕਹਿੰਦੇ ਅਸ਼ੋਕ ਦੇਖਣ ਦੇ ਵਿੱਚ ਤਾਂ ਕੋਈ ਜ਼ਿਆਦਾ ਖਾਸ ਨਹੀਂ ਸੀਗਾ ਪਰ ਟੈਲੈਂਟਡ ਬੰਦਾ ਸੀਗਾ ਇਹ ਠੀਕ ਹੈ ਜੀ ਤਾਂ ਹੀ ਤਾਂ ਨੇ 101 ਪ੍ਰਾਮਾਰ ਮਾਰ ਕੇ ਆਪਦਾ ਕੀ ਕੀਤਾ ਸਿਰਾਜ ਭਾਗ ਵੀ ਹਥਿਆਲੇ ਸੀਗਾ ਤੇ ਸੁਸੀਮ ਨੂੰ ਵੀ ਇਹਨੇ ਕੀ ਕਰਤਾ ਸੀਗਾ ਮਾਰਤਾ ਸੀਗਾ ਠੀਕ ਹੈ ਜੀ ਵాయੂ ਪੁਰਾਨ ਦੇ ਵਿੱਚ ਕਹਿੰਦੇ ਬਿੰਦੂ ਸਾਰ ਨੂੰ ਭੱਦਰ ਸਾਰ ਜਾਂ ਵਰੀ ਸਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੀਰੀਆ ਨਰੇਸ਼ ਐਡੀਓਕਸ ਨੇ ਬਿੰਦੂਸਾਰ ਦੇ ਦਰਬਾਰ ਦੇ ਵਿੱਚ ਡਾਈ ਮੇਕਸ ਨਾਮ ਦਾ ਇੱਕ ਰਾਜਦੂਤ ਭੇਜਿਆ ਸੀ ਕਹਿੰਦੇ ਏਸੇ ਨੂੰ ਹੀ ਮੈਗਸਨੀਦਾ ਕੀ ਬੋਲਾ ਜਾਂਦਾ ਹੈਗਾ ਉਤਰਾਧਿਕਾਰੀ ਬੋਲਾ ਜਾਂਦਾ ਹੁਣ ਦੇਖੋ ਐਡੀ ਓਕਸ ਬਿੰਦੂਸਾਰ ਦੇ ਦਰਬਾਰ ਦੇ ਵਿੱਚ ਕੀ ਸੀਗਾ ਇਹ ਡਾਈ ਮੇਕਸ ਨਾਮ ਦਾ ਇੱਕ ਇਸ ਨੇ ਰਾਜਦੂਤ ਭੇਜਿਆ ਸੀਗਾ ਜਿਹੜਾ ਕੀ ਦਾ ਉਤਰਾਧਿਕਾਰੀ ਸੀਗਾ ਮੈਗਸਨੀਦਾ ਜੈਨ ਗ੍ਰੰਥਾਂ ਦੇ ਵਿੱਚ ਕਹਿੰਦੇ ਬਿੰਦੂਸਾਰ ਨੂੰ ਸਿੰਘਸੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਨਾਮ ਦੇਖ ਲਓ ਬਿੰਦੂਸਾਰ ਦੇ ਕਿੰਨੇ ਨੇ ਜੈਨ ਗ੍ਰੰਥਾ ਦੇ ਵਿੱਚ ਬਿੰਦੂਸਾਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਸਿੰਘ ਸੇਨ ਦੇ ਨਾਮ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਬਿੰਦੂਸਾਰ ਕਹਿੰਦੇ ਆਜੀਵਕ ਸੰਪਰਦਾ ਨੂੰ ਬੜਾਵਾ ਦੇਣ ਵਾਲਾ ਪਹਿਲਾ ਸ਼ਾਸਕ ਸੀਗਾ ਠੀਕ ਹੈ ਜੀ ਜਾਂ ਇਹ ਕਹ ਲਓ ਆਜੀਵਕ ਸੰਪਰਦਾ ਨੂੰ ਕੀ ਸੀ ਸਨਰਖਣ ਦੇਣ ਵਾਲਾ ਠੀਕ ਹੈ ਹੁਣ ਪੰਜਾਬੀ ਤੁਸੀਂ ਖੁਦ ਹੀ ਕਰ ਲਿਆ ਬਿੰਦੂਸਾਰ ਨੇ ਸੀਰੀਆ ਦੇ ਸ਼ਾਸਕ ਐਡਿਓਕਸ ਪਹਿਲੇ ਤੋਂ ਸ਼ਰਾਬ ਸੁੱਕੇ ਅੰਜੀਰ ਅਤੇ ਇੱਕ ਦਾਰਸ਼ਿਕ ਦਾਰਸ਼ਨਿਕ ਭੇਜਣ ਦੀ ਕੀ ਕੀਤੀ ਸੀ ਪ੍ਰਾਰਥਨਾ ਕੀਤੀ ਸੀ ਦਾਰਸ਼ਨਿਕ ਸਮਝਦੇ ਹੋ ਬਿੰਦੂਸਾਰ ਨੇ ਸੀਰੀਆ ਦਾ ਇੱਕ ਸ਼ਾਸਕ ਸੀਗਾ ਜਿਹੜਾ ਕੌਣ ਸੀ ਐਡੀਓਕਸ ਪਹਿਲਾ ਇਸ ਤੋਂ ਕੀ ਕੀਤੀ ਸੀ ਇੱਕ ਤਾਂ ਸ਼ਰਾਬ ਭੇਜਣ ਦੀ ਮੰਗ ਕੀਤੀ ਸੀ ਸੁੱਕੇ ਅੰਜੀਰ ਅਤੇ ਇੱਕ ਦਾਰਸ਼ਿਕ ਅਤੇ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਐਡੀਓਕਸ ਨੇ ਸ਼ਰਾਬ ਵੀ ਭੇਜਤੀ ਸੀ ਸੁੱਕੇ ਅੰਜੀਰ ਵੀ ਭੇਜਤੇ ਸੀ ਪਰ ਜਿਹੜਾ ਦਾਰਸ਼ਨਿਕ ਭੇਜਣ ਵਾਸਤੇ ਇਸਨੇ ਕੀ ਕਰਤਾ ਸੀਗਾ ਮਨਾ ਕਰਤਾ ਸੀ ਠੀਕ ਹੈ ਜੀ ਅਜੀਬਕ ਸੰਪਰਦਾਨ ਨੂੰ ਕਹਿੰਦੇ ਮੋਕਲੀ ਪੁੱਤਰ ਗੋਸਾਲ ਚਲਾਉਂਦਾ ਸੀਗਾ ਇਸ ਦੀ ਹੀ ਚਲਾਈ ਹੋਈ ਸੰਸਥਾ ਸੀ ਇਹ ਮੋਢੀ ਸੀ ਇਸ ਦਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਜੋ ਅਸ਼ੋਕ ਤੇ 273 ਤੋਂ ਲੈ ਕੇ 232 ਤੱਕ ਰਿਹਾ ਇਹ ਪੁੱਠਾ ਚੱਲਦਾ ਸੀ ਕਾਲ ਚੱਕਰੋ ਤਾਂ ਹੀ ਹਿਸਾਪੂਰ ਵਹੇ 273 ਦੇ ਵਿੱਚ ਕਹਿੰਦੇ ਬਿੰਦੂਸਾਰ ਦੀ ਮੌਤ ਹੋ ਗਈ 273 ਹਿਸਾਪੂਰੋ ਦੇ ਵਿੱਚ ਬਿੰਦੂਸਾਰ ਦੀ ਮੌਤ ਤੋਂ ਤੁਰੰਤ ਬਾਅਦ ਅਸ਼ੋਕ ਨੇ ਸਿੰਘਾਸ਼ਨ ਪ੍ਰਾਪਤ ਕਰ ਲਿਆ ਇੱਕਦਮ ਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਔਰ 4 ਸਾਲ ਸਿੰਘਾਸਣ ਦੇ ਕਾਰਨ ਹੋਏ ਯੁੱਧ ਦੇ ਕਾਰਨ ਇਸ ਦਾ ਜਿਹੜਾ ਵਾਸਤਵਿਕ ਰਾਜਵhishek ਸੀਗਾ ਉਹ 269 ਦੇ ਵਿੱਚ ਹੋਇਆ ਸੀ ਹੁਣ ਦੇਖੋ 101 ਭਰਾ ਸੀ ਇਹਦੇ ਹੁਣ ਇਹ ਤਾਂ ਹੈ ਨਹੀਂ ਸੀਗਾ ਕਿ ਜਦੋਂ ਪਿਤਾ ਦੀ ਮੌਤ ਹੋਈਏ ਇੱਕਦਮੀ ਜਿਹੜਾ ਸਿੰਘਾਸਣ ਇਸ ਨੂੰ ਮਿਲ ਜੂਗਾ ਪਹਿਲਾਂ ਜਿਹੜੇ ਇਹ ਤੋਂ ਕਹਿੰਦੇ ਕਹਾਉਂਦੇ ਹੋਣਗੇ ਵੱਡੇ ਹੋਣਗੇ ਅਹੁਦੇ ਦੇ ਵਿੱਚ ਉਹੀ ਮੰਗਦੇ ਹੋਣਗੇ ਤਾਂ 4 ਸਾਲੇ ਨੇ ਆਪਣੇ ਭਰਾਵਾਂ ਦੇ ਨਾਲ ਕੀ ਕੀਤਾ ਸਿੰਘਾਸਣ ਦੇ ਵਾਸਤੇ ਯੁੱਧ ਕੀਤਾ ਠੀਕ ਹੈ ਜੀ 4 ਸਾਲਾਂ ਦੇ ਪਿੱਛੇ ਜਿਹੜਾ ਇਹ ਰਾਜਾ ਵਿਸ਼ੇਖ ਸੀਗਾ 269 ਦੇ ਵਿੱਚ ਹੋਇਆ ਉਸ ਤੋਂ ਬਾਅਦ ਦੇਖੋ ਰਾਜਾ ਵਿਸ਼ੇਖ ਤੋਂ ਪਹਿਲਾਂ ਕਹਿੰਦੇ ਇਹ ਹੁਜ਼ੈਨ ਅਤੇ ਤਰਕਸ਼ੀਲਾ ਦਾ ਗਵਰਨਰ ਸੀਗਾ ਇਸਨੇ ਮੰਤਰੀ ਰਾਧਾ ਗੁਪਤ ਦੀ ਸਹਾਇਤਾ ਨਾਲ ਸਿੰਘਾਸਣ ਪ੍ਰਾਪਤ ਕੀਤਾ ਇਸ ਦਾ ਇੱਕ ਮੰਤਰੀ ਸੀਗਾ ਰਾਧਾ ਗੁਪਤ ਉਸੇ ਦੀ ਸਹਾਇਤਾ ਨਾਲ ਇਸਨੇ ਕੀ ਕੀਤਾ ਸੀ ਸਿੰਘਾਸਣ ਪ੍ਰਾਪਤ ਕੀਤਾ ਸੀਗਾ ਅਸ਼ੋਕ ਦੀ ਮਾਤਾ ਅੰਗ ਦੀ ਰਾਜਕੁਮਾਰੀ ਸੀ ਅੰਗ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਏਰੀਆ ਸੀਗਾ ਮਗਦੇ ਦੇ ਕੋਲ ਛੋਟੇ ਛੋਟੇ ਏਰੀਏ ਸੀ ਇਸ ਤਰ੍ਹਾਂ ਮਗਦੇ ਦੇ ਕੋਲ ਠੀਕ ਹੈ ਇਹ ਅੰਗ ਦੀ ਰਾਜਕੁਮਾਰੀ ਸੀਗੀ ਅਸ਼ੋਕ ਦੇ ਇੱਕ 101 ਭਰਾ ਸੀ ਅਸ਼ੋਕ ਪਹਿਲਾਂ ਬ੍ਰਾਹਮਣ ਧਰਮ ਨੂੰ ਮੰਨਦਾ ਸੀ ਫਿਰ ਇਸ ਨੇ ਸ਼ੈਵ ਧਰਮ ਨੂੰ ਅਪਣਾਇਆ ਭਾਵ ਸ਼ਿਵ ਜੀ ਦੇ ਧਰਮ ਨੂੰ ਇਸ ਤੋਂ ਬਾਅਦ ਕੀ ਲੱਗਿਆ ਇਹ ਬੁੱਧ ਧਰਮ ਨੂੰ ਮੰਨਣ ਲੱਗਿਆ ਇਹ ਵੀ ਮੰਨੇ ਜਾਂਦਾ ਹੈਗਾ ਕਿ ਕਹਿੰਦੇ ਇਸ ਦੇ ਆਸਰੇ 64000 ਜਿਹੜੇ ਪੁਜਾਰੀ ਸੀਗੇ ਬੁੱਧ ਧਰਮ ਦੇ ਉਹ ਗੁਜਾਰਾ ਕਰਦੇ ਸੀਗੇ ਠੀਕ ਹੈ ਜੀ ਬੁੱਧ ਧਰਮ ਦੇ ਜਿਹੜੇ 64000 ਪੁਜਾਰੀ ਸੀ ਉਹ ਇਹਦੇ ਆਸਰੇ ਗੁਜ਼ਾਰਾ ਕਰਦੇ ਸੀ। ਕਸ਼ਮੀਰ ਦੇ ਵਿੱਚ ਕਹਿੰਦੇ ਅਸ਼ੋਕ ਨੇ ਸ਼੍ਰੀਨਗਰ ਦੀ ਸਥਾਪਨਾ ਕੀਤੀ। ਸ਼੍ਰੀਨਗਰ ਦੀ ਸਥਾਪਨਾ ਅਸ਼ੋਕ ਦੇ ਦੁਆਰਾ ਕਰਵਾਈ ਹੋਈ ਹੈ। ਰਾਜਾ ਵਿਸ਼ੇਖ ਦੇ 9ਵੇਂ ਸਾਲ ਕਹਿੰਦੇ 261 ਦੇ ਵਿੱਚ ਅਸ਼ੋਕ ਨੇ ਕਲਿੰਗ ਦੇ ਉੱਪਰ ਹਮਲਾ ਕੀਤਾ। ਕਲਿੰਗ ਦਾ ਯੁੱਧ ਤਾਂ ਤੁਸੀਂ ਜਾਣਦੇ ਹੋ ਕਿ ਅਸ਼ੋਕ ਨੇ ਕਿੰਨਾ ਉਸ ਦੇ ਵਿੱਚ ਜਿਹੜਾ ਕਤਲੇਆਮ ਕੀਤਾ ਸੀਗਾ। ਪੜਿਆ ਹੋਇਆ ਆਪਾਂ ਦੇਖਿਆ ਤਾਂ ਨਹੀਂ ਹੋਇਆ ਹੈਗਾ ਹਨਾ। ਕਲਿੰਗ ਦੇ ਕਹਿੰਦੇ ਹਾਥੀ ਗੁੰਫਾ ਅਭਿਲੇਖ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਉਸ ਸਮੇਂ ਕਲਿੰਗ ਉਪਰ ਨੰਨਦਰਾਜ ਨਾਮਕ ਰਾਜ ਜਿਹੜਾ ਰਾਜਾ ਸੀਗਾ ਉਹ ਰਾਜ ਕਰਦਾ ਸੀਗਾ ਹੁਣ ਸਿੱਧਾ ਜੇ ਆਪਾਂ ਦੇਖੀਏ ਨਾ ਕਿ ਕਲਿੰਗ ਦਾ ਜਿਹੜਾ ਰਾਜਾ ਸੀ ਉਹ ਕਿਹੜਾ ਸੀਗਾ ਨੰਨਦਰਾਜ ਠੀਕ ਹੈ ਜੀ ਕਲਿੰਗ ਦੇ ਯੁੱਧ ਤੋਂ ਬਾਅਦ ਇਹਨਾਂ ਨੇ ਅਸ਼ੋਕ ਨੇ ਉਪਗੁਪਤ ਭਿਖਸ਼ੂ ਤੋਂ ਬੋਧ ਧਰਮ ਦੀ ਸਿੱਖਿਆ ਪ੍ਰਾਪਤ ਕੀਤੀ ਕਿਉਂ ਕੀਤੀ ਹੁਣ ਦੇਖੋ 201 ਕਾੜ ਦੇ ਵਿੱਚ ਇਹਨੇ ਕਲਿੰਗਾ ਦਾ ਯੁੱਧ ਕੀ ਕੀਤਾ ਸੀ ਜਿੱਤਿਆ ਸੀਗਾ ਯੁੱਧ ਜਿੱਤਣ ਦੀ ਵਿੱਚ ਕਹਿੰਦੇ ਇਹ ਇੰਨਾ ਜ਼ਿਆਦਾ ਮਸ਼ਰੂਫ ਹੋ ਗਏ ਇਸ ਨੂੰ ਇਹ ਨਹੀਂ ਪਤਾ ਚੱਲਿਆ ਕਿ ਉਸ ਯੁੱਧ ਦੇ ਵਿੱਚ ਕਿੰਨੀ ਕ ਲੋਕਾਂ ਦੀ ਹਾਨੀ ਹੋਈ ਸੀ ਜਾਨੀ ਵਾਲੀ ਕਹਿੰਦੇ ਜੇਕਰ ਇਹ ਦੇਖਿਆ ਜਾਵੇ ਨਾ ਯੁੱਧ ਦੇ ਮੈਦਾਨ ਦੇ ਵਿੱਚ ਹਰ ਪਾਸੇ ਕੀ ਸੀ ਲਾਸ਼ਾਂ ਹੀ ਲਾਸ਼ਾਂ ਸੀਆਂ ਖੂਨ ਹੀ ਖੂਨ ਸੀਗਾ ਤਾਂ ਉਹ ਇਸ ਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਸੀਗਾ ਜਿਹੜਾ ਇਹਦਾ ਉਪਗੋਪਤਿਕ ਭਿਖਸ਼ੂ ਆਇਆ ਬੋਧ ਧਰਮ ਦਾ ਉਸਨੇ ਇਸ ਚੀਜ਼ ਦਾ ਇਸ ਨੂੰ ਕੀ ਕਰਾਇਆ ਰਿਅਲਾਈਜ਼ ਕਰਵਾਇਆ ਕਿ ਤੂੰ ਆ ਜਿਹੜਾ ਕਲਿੰਗ ਦੇ ਯੁੱਧ ਦੇ ਵਿੱਚ ਇੰਨੀ ਜਿਆਦਾ ਮਾਰ ਕਟ ਕੀਤੀ ਐ ਕਿ ਤੈਨੂੰ ਕੁਝ ਤਾਂ ਹੋਣੀ ਚਾਹੀਦੀ ਸੀ ਤਾਂ ਉਸ ਯੁੱਧ ਤੋਂ ਬਾਅਦ ਇਹਦਾ ਕੀ ਹੋ ਗਿਆ ਸੀਗਾ ਜਿਹੜਾ ਮਨ ਸੀ ਇਕਦਮੀ ਪਿੱਛੇ ਹਟ ਗਿਆ ਸੀ ਯੁੱਧ ਤੋਂ ਠੀਕ ਹੈ ਜੀ ਉਸੇ ਯੁੱਧ ਤੋਂ ਬਾਅਦ ਇਹਦਾ ਮਨ ਕਿੰਨਾ ਕਹਿੰਦੇ ਪਸੀਜ ਗਿਆ ਸੀਗਾ ਆ ਤੇਨੇ ਸਦਾ ਵਾਸਤੇ ਯੁੱਧ ਕੀ ਕਰਤਾ ਸੀ ਤਿਆਗਤਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਸੀ ਬੁੱਧ ਧਰਮ ਦੀ ਜਿਹੜੀ ਸਿੱਖਿਆ ਸੀ ਗ੍ਰਹਿਣ ਕਰ ਲਈ ਸੀ ਫਿਰ ਆਪਣੇ ਪੁੱਤਰ ਤੇ ਜਿਹੜੀ ਪੁੱਤਰੀ ਸੰਗ ਮਿੱਤਰਾ ਹਨ ਉੱਤਰ ਮਹਿੰਦਰ ਦੇ ਪੁੱਤਰੀ ਸੰਗ ਮਿੱਤਰਾਂ ਨੂੰ ਬੁੱਧ ਧਰਮ ਦੀ ਸਿੱਖਿਆ ਦੇਣ ਵਾਸਤੇ ਲੋਕਾਂ ਨੂੰ ਸ਼੍ਰੀਲੰਕਾ ਦੇ ਵਿੱਚ ਬਰਮਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨੇ ਹੋਰ ਵੀ ਜਿਹੜੇ ਰਾਜਦੂਤ ਸੀ ਉਹ ਭੇਜੇ ਸੀਗੇ ਕਹਿੰਦੇ ਅਸ਼ੋਕ ਨੇ ਉਪਾਸਕ ਦੇ ਰੂਪ ਦੇ ਵਿੱਚ ਰਾਜਾ ਵਿਸ਼ੇਖ ਦੇ 10ਵੇਂ ਸਾਲ ਹੁਣ ਦੇਖੋ ਖੁਦ ਬੁੱਧ ਬੁੱਧ ਧਰਮ ਦੇ ਉਪਾਸਕ ਦੇ ਰੂਪ ਦੇ ਵਿੱਚ ਇਹ ਨੇ ਜਦੋਂ ਇਹਦਾ ਰਾਜਾ ਵਿਸ਼ੇਖ ਹੋ ਗਿਆ ਸੀ 10ਵੇਂ ਸਾਲ ਦੇ ਵਿੱਚ ਬੋਧ ਗਿਆ ਗਿਆ ਇਹ ਅਤੇ 20ਵੇਂ ਸਾਲ ਦੇ ਵਿੱਚ ਲੰਬਰੀ ਗਿਆ 12ਵੇਂ ਸਾਲ ਦੇ ਵਿੱਚ ਇਹ ਕਿੱਥੇ ਗਿਆ ਸੀਗਾ ਨਿਰਾਲੀ ਸਾਗਰ ਠੀਕ ਹੈ ਜੀ ਨਿਗਾਲੀ ਸਾਗਰ ਨਿਰ ਨਿਗਾਲੀ ਸਾਗਰ ਦੀ ਇਹਨੇ ਕੀ ਕੀਤੀ ਸੀ ਯਾਤਰਾ ਕੀਤੀ ਸੀ 10ਵੇਂ 12ਵੇਂ ਤੇ 20ਵੇਂ ਸਾਲ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਅਸ਼ੋਕ ਨੇ ਆਜੀਵਕਾਂ ਦੇ ਰਹਿਣ ਦੇ ਲਈ ਬਰਾਬਰ ਦੀਆਂ ਪਹਾੜੀਆਂ ਦੇ ਵਿੱਚ ਚਾਰ ਗੁਫਾਵਾਂ ਦਾ ਨਿਰਮਾਣ ਕਰਵਾਇਆ ਹੁਣ ਜਿਹੜੇ ਹੁਣ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਇੱਕ ਵਾਰ ਇਸ ਬੰਦੇ ਦਾ ਯੁੱਧ ਦੇ ਪਿੱਛੋਂ ਮਹ ਹਟ ਗਿਆ ਨਾ ਸੈਨੇ ਜਿੰਨੇ ਵੀ ਧਰਮ ਦੇ ਲੋਕ ਸੀ ਸਭ ਨੂੰ ਸਭ ਨੂੰ ਕੀ ਕੀਤਾ ਇਸ ਨੇ ਬੜਾਵਾ ਦਿੱਤਾ ਭਾਵ ਸਭ ਦਾ ਆਦਰ ਪੂਰਵਕ ਸਨਮਾਨ ਕੀਤਾ ਇਸ ਨੇ ਹੁਣ ਜਿਹੜੇ ਆਜੀਵਿਕ ਸੀਗੇ ਉਹਨਾਂ ਵਾਸਤੇ ਨੇ ਕੀ ਕੀਤੀਆਂ ਗੁਫਾਵਾਂ ਦਾ ਨਿਰਮਾਣ ਕਰਵਾਇਆ ਅਤੇ ਉਹਨਾਂ ਚਾਰ ਗੁਫਾਵਾਂ ਦੇ ਨਾਮ ਵੀ ਰੱਖੇ ਗਏ ਕਿਹੜੇ-ਕਿਹੜੇ ਸੀ ਕਰਜ ਚੌਪਾਰ ਸੁਦਾਮਾ ਵਿਸ਼ਵ ਚੋਪੜੀ ਜਿਹੜੀ ਕਿੱਥੇ ਬਣਾਈਆਂ ਗਈਆਂ ਸੀ ਬਰਾਬਰ ਦੀਆਂ ਝੋਪੜੀਆਂ ਦੇ ਵਿੱਚ ਠੀਕ ਹੈ ਉਹ ਸੌਰੀ ਪਹਾੜੀਆਂ ਦੇ ਵਿੱਚ ਜਿਹੜੀਆਂ ਬਰਾਬਰ ਦੀਆਂ ਪਹਾੜੀਆਂ ਨੇ ਤੁਸੀਂ ਛੇਮੀ ਜਿਹੜੀ ਪੰਜਾਬ ਬੁੱਕ ਪੰਜਾਬ ਬੋਰਡ ਦੀ ਜਿਹੜੀ ਬੁੱਕ ਹੈ ਉੱਥੇ ਦੇਖ ਸਕਦੇ ਤੁਸੀਂ ਸਭ ਕੁਝ ਇਹ ਬੁੱਧ ਧਰਮ ਦੀਆਂ ਲਿਪੀਆਂ ਦੇ ਅਨੁਸਾਰ ਕਹਿੰਦੇ ਅਸ਼ੋਕ ਨੇ 84000 ਸਤੂਪਾਂ ਦਾ ਨਿਰਮਾਣ ਕਰਵਾਇਆ ਬੁੱਧ ਧਰਮ ਦੀਆਂ ਲਿਪੀਆਂ ਦੇ ਅਨੁਸਾਰ ਕਹਿੰਦੇ ਅਸ਼ੋਕ ਨੇ 84000 ਸਤੂਪਾਂ ਦਾ ਨਿਰਮਾਣ ਕਰਵਾਇਆ ਭਾਰਤ ਦੇ ਵਿੱਚ ਸ਼ਿਲਾ ਲੇਖ ਦਾ ਸਭ ਤੋਂ ਪਹਿਲਾਂ ਜਿਹੜਾ ਪ੍ਰਚਲਨ ਸੀਗਾ ਉਹ ਕਿਸ ਨੇ ਕਰਵਾਇਆ ਅਸ਼ੋਕ ਦੁਆਰਾ ਹੋਇਆ ਸੀਗਾ ਸ਼ਿਲਾ ਲੇਖ ਸਮਝਦੇ ਹੋ ਪੱਥਰ ਦੇ ਉੱਪਰ ਸਿੱਖਿਆਵਾਂ ਖੁਦਵਾਉਣਾ ਅਸ਼ੋਕ ਦੇ ਸ਼ਿਲਾ ਲੇਖਾਂ ਦੇ ਵਿੱਚ ਕਹਿੰਦੇ ਬ੍ਰਹਮੀ ਖਰੋਸ਼ਤੀ ਗ੍ਰੀਕ ਅਰਮਾਇਕ ਲਿਪੀਆਂ ਦਾ ਜਿਹੜਾ ਪ੍ਰਯੋਗ ਉਹ ਹੋਇਆ ਸੀ ਹੁਣ ਦੇਖੋ ਸ਼ਿਲਾ ਲੇਖਾਂ ਦੇ ਵਿੱਚ 1 2 3 4 ਚਾਰ ਲਿਪੀਆਂ ਦਾ ਪ੍ਰਯੋਗ ਹੋਇਆ ਸੀ ਕਿਹੜੀ ਸੀ ਪਹਿਲੀ ਬ੍ਰਹਮੀ ਖਰੋਸ਼ਤੀ ਗ੍ਰੀਕ ਅਰਮਾਇਕ ਠੀਕ ਹੈ ਉਸ ਤੋਂ ਬਾਅਦ ਦੇਖੋ ਗ੍ਰੀਕ ਲਿਪੀ ਅਤੇ ਅਰਮਾਇਕ ਲਿਪੀ ਕਿੱਥੇ-ਕਿੱਥੇ ਹੁਣ ਇਹ ਤੁਸੀਂ ਦੇਖੋ ਜਿਹੜੀ ਚਾਰੇ ਲਿਪੀਆਂ ਸੀ ਕਿੱਥੇ ਕਿੱਥੇ ਪਾਈਆਂ ਜਾਂਦੀਆਂ ਨੇ ਗ੍ਰੀਕ ਅਤੇ ਜਿਹੜੀ ਅਰਮਾਇਕ ਲਿਪੀ ਹੈ ਇਹਦੇ ਅਭਿਲੇਖ ਕਿੱਥੇ ਪਾਏ ਗਏ ਨੇ afghanistan ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇਖੋ ਖਰੋਸ਼ਤੀ ਲਿਪੀ ਦੇ ਜਿਹੜੇ ਅਭਿਲੇਖ ਪਾਏ ਗਏ ਨੇ ਹਾਂ ਸੌਰੀ ਸ਼ੀਲਾ ਲੇਖ ਪਾਏ ਗਏ ਨੇ ਉਹ ਕਿੱਥੇ ਪਾਏ ਗਏ ਨੇ ਉੱਤਰ ਪੱਛਮ ਤੇ ਪੱਛਮੀ ਪਾਕਿਸਤਾਨ ਉੱਤਰ ਪੱਛਮ ਪਾਕਿਸਤਾਨ ਦੇ ਵਿੱਚ ਠੀਕ ਹੈ ਬ੍ਰਹਮੀ ਲਿਪੀ ਦੇ ਵਿਲੇਖ ਨੇ ਜਿਹੜੇ ਭਾਰਤ ਦੇ ਵਿੱਚੋਂ ਹੀ ਮਿਲਦੇ ਨੇ ਇਹ ਬ੍ਰਹਮੀ ਲਿਪੀ ਹੈ ਜਿਹੜੀ ਇਹ ਭਾਰਤ ਦੇ ਵਿੱਚੋਂ ਹੀ ਮਿਲਦੀ ਹੈ ਅਸ਼ੋਕ ਦੇ ਜਿਹੜੇ ਅਵਿਲੇਖ ਨੇ ਉਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਦੇਖੋ ਕਿਹੜੇ-ਕਿਹੜੇ ਨੇ ਇਹ ਪਹਿਲਾ ਸ਼ਿਲਾਲੇਖ ਦੂਸਰਾ ਸਤੰਭਲੇਖ ਤੇ ਤੀਸਰਾ ਗ੍ਰਹਿਲੇਖ ਠੀਕ ਹੈ ਅਸ਼ੋਕ ਦੇ ਸ਼ਿਲਾਲੇਖ ਕਹਿੰਦੇ ਸਭ ਤੋਂ ਪਹਿਲਾਂ 1837 ਦੇ ਵਿੱਚ ਜੇਮਸ ਪ੍ਰਿੰਸਸ ਨੇ ਪੜ੍ਹਨ ਦੇ ਵਿੱਚ ਕੀ ਕੀਤੀ ਸੀ ਸਫਲਤਾ ਪ੍ਰਾਪਤ ਕੀਤੀ ਸੀ ਇਹ ਪੁਆਇੰਟ ਬਹੁਤ ਵਾਰ ਪੇਪਰਾਂ ਦੇ ਵਿੱਚ ਆਉਂਦਾ ਹੈ ਮੈਕਸਿਮਮ ਤਾਂ ਦੇਖੀਏ ਇਹ ਟੌਪਿਕ ਦੇ ਵਿੱਚੋਂ ਕਈ ਕੁਐਸਚਨ ਬਣਦੇ ਨੇ ਅਸ਼ੋਕ ਦੇ ਸ਼ਿਲਾਲੇਖਾਂ ਦੀ ਕਹਿੰਦੇ ਖੋਜ ਜਿਹੜੀ 1750 ਦੇ ਵਿੱਚ ਹੋਈ ਸੀ ਅਤੇ ਇਹ ਗਿਣਤੀ ਦੇ ਵਿੱਚ ਕਿੰਨੇ ਨੇ 14 ਨੇ অশোক ਦੇ ਸ਼ਿਲਾ ਲੇਖਾਂ ਦੀ ਜਿਹੜੀ ਖੋਜ ਹੋਈ ਸੀ 1750 ਦੇ ਵਿੱਚ ਹੋਈ ਸੀ ਅਤੇ ਇਹ ਗਿਣਤੀ ਦੇ ਵਿੱਚ ਕਿੰਨੇ ਨੇ 14 ਨੇ ਠੀਕ ਹੈ ਜੀ ਸੋ ਥੈਂਕ ਯੂ ਇਸ ਦਿਨ ਜਿਹੜੀ ਆਪਣੀ ਕਲਾਸ ਹੀ ਇੱਥੇ ਤੱਕੀ ਸੀਗੀ ਕੱਲ ਨੂੰ ਆਪਾਂ ਪੜਾਂਗੇ অশੋਕ ਦੇ ਬਾਰੇ ਥੋੜਾ ਜਿਹਾ ਹੋਰ ਸ਼ਿਲਾ ਲੇਖਾਂ ਬਾਰੇ ਸਤੰਭ ਲੇਖਾਂ ਬਾਰੇ ਤੇ ਉਸ ਤੋਂ ਬਾਅਦ ਪੜਾਂਗੇ ਆਪਾਂ ਮੌਰੀਏ ਸਾਮਰਾਜ ਦੀ ਜਿਹੜੀ ਵਿਵਸਥਾ ਸੀਗੀ ਉਹਨਾਂ ਬਾਰੇ ਸੋ ਇਸ ਦਿਨ ਆ ਲਈ ਸੋ ਥੈਂਕ ਯੂ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸੋ ਥੈਂਕ ਯੂ